ਸਾਰੇ ਦੁੱਖ ਤਕਲੀਫਾਂ ਨੂੰ ਦੂਰ ਕਰੇ, ਸਦਾ ਹੱਸਦੇ ਰਹੋ ਤੇ ਮੁਸਕਰਾਉਂਦੇ ਰਹੋ। ਇਸ ਦੁਆ ਦੇ ਨਾਲ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ। ਵੀਡੀਓ ਸ਼ੁਰੂ ਕਰਨੇ ਤੋਂ ਪਹਿਲੇ ਸਾਡੇ ਇੱਕ ਰਿਕੁਐਸਟ ਆ, ਅਗਰ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਓ, ਬੈਲ ਦੇ ਬਟਨ ਨੂੰ ਜ਼ਰੂਰ ਦਬਾਓ ਤਾਂ ਕਿ ਸਾਡੀ ਹਰ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਵਾਰ ਵਾਰ ਮਿਲਦਾ ਰਹੇ ਤੇ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ। अच्छा जी, मैं टरको तो अमित जी लैन चला से, इतने भाई ने कहा तोड़ दी कोच आ कि अमित जी और बिठा दिते हैं, तो हूँ मैं इतों जो अपना कोच स्टाफ हाँ इतों अमित जी लैके जाऊँगा। मैं तो तकरीबन टरको तो लागे लग गया से। हाँ जी, तो फिर मैं फोन आया भाई सुना एक सर्विस ही इतने आ गई, पैकेज सवेर का खप गया, पैकेज नहीं बेचारे का लगा। हाँ जी, वही दसन दिया मैं ना, फिर उतो वापसी आया कहना ना तोड़ दी कोच बैठा दी है। फिर मैं चलो मैं टरको तो जरूर बैठा रहा, फिर मैं तो जासिन को बैठा रहा। मैं कह नाले अपने सवारिया छड़ी दी सी ना, तो कहने से गल कोई नहीं, जो सेहत खराब ही हो उस दिन अपने उत्थे कर ला लवांगे, तो नंबर है तुम फोन कर लगा सी। सही है, मैं ना उत्थे अड्डी चल गया सी, मैं गया हुणे मैं कहा कोच पहुंचने वाली, तो ना बर्फ लिया, बर्फ है नहीं सी, फिर अदील ने भी आ जाना ना। हाँ। मैं चलो बर्फ तो होनी चाहिए ना, फ्रिज बिजली तो आती नहीं जी, फ्रिज जमावे पर बर्फ फैले, लाइट बत कितने भी नहीं आती सारी दुनिया। अजय घर अस पाएंगे डिग्गी के बर्फ, बर्फ कर लो ना फिर और समान नहीं खुली, खुली हुई डिग्गी, चलो बर्फ चक लो ना, ख्याल ना चकी लै जाओ, तो कूलर च पा लेंगे ना। ओए पुत बेच आ जाऊंगे, सट लो चावल ऐप कडो, डोल भी कडो, डोल च भी आ, कढ़ड़ी च भी आ, हुन मिट्टी ना पा लियो। मोई इधर आ जा पुत, ई बा चक लूं डोल, मैं चकदा खुद, तुसी इधर आ जाओ। ओ भी चावल हां चल चक ले मेरे पुत, चलो बर्फ लेंदे हैं, सारे बच्चों नु वंड दो बर्फ ना, उते रश बहुत सी, कूलर च पाउने दे कोई नहीं टाइम लगा। हां मोई सूआ लैके मैं बर्फ पाव कूलर बच्चे, चलो मेरे बेटा चलो 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 चलो, सूआ कितने रखी असी 100 रुपए की, राशि बहुत बर्फ, इस तरह की बर्फ लभदी, बिजली तो आती कोई नहीं, सूआ लैके आए बा। असल जेड़े अपने घर बनाने हैं ना ओदा मजा वखरा ही होंदा, हजे गर्म ही होने हैं, कपड़े चले लपेटे हुए सी, हाँ जी आ गया सुबह हाँ जी, तो तरक ना फिर और पीस करना है यार, टोटा कर लिया चो इस तरह पाओ। जिन्ना चेर टीकियां दा बोतलां दा असर रहिंदा ना उन्ना चेर रहिंदा स्पून विच, तां मेरी बांह ठंड पै गई है, ते जिसले बना देला फिर मुक चला खुण लग पई गई, तां ठां लग गई, हां दर्द करन लग गई, तां ठां नहीं। मैं तां कहंदा मुझे किसी होर डॉक्टर को दवाई लै लईए, ते को मन्नू नहीं लगदा फर्क पै गई। दोबारा शुरू हो जाए।
ਤੇ ਉਹੀ ਤੇ ਟੀਕਾ ਪਾ ਦਿੰਦਾ ਜਿਹੜਾ ਕਾਫੀ ਦੇਰ ਸਕੂਨ ਰਹਿ ਜਾਂਦਾ ਜਿਸ ਤਰ੍ਹਾਂ ਮੇਰੇ ਉਂਗਲੀ ਤੇ ਨੀ ਸੱਟ ਲੱਗੀ ਸੀ ਤੇ ਦਰਦ ਨੀ ਹਟਦੀ ਸੀ ਡਾਕਟਰ ਟੀਕੇ ਲਾਉਂਦੇ ਸੀ ਤੇ ਜਿੰਨੀ ਦੇਰ ਉਹ ਅਸਰ ਰਹਿੰਦਾ ਸੀ ਟੀਕੇ ਦਾ ਉਨੀ ਦੇਰ ਮੇਰੇ ਦਰਦ ਨੀ ਹੁੰਦੀ ਸੀ ਉਹ ਭਾਈ ਨਸਰਲਾ ਨੇ ਕਾਲ ਕੀਤੀ ਸੀ ਨਾ ਮੈਨੂੰ ਤੇ ਕਹਿੰਦਾ ਮੈਨੂੰ ਨਾ ਸੁੱਤੀ ਹੈ ਤੇ ਜਾਣੀ ਕਿ ਫਿਰ ਦੁਬਾਰਾ ਮੈਨੂੰ ਨੀਂਦ ਆ ਜਾਂਦੀ ਹੁਣ ਤਾਂ ਕਰਕੇ ਕਾਰ ਤੇ ਗਿਆ ਸੀ ਮੈਂ ਪਲੇਟ ਲੈ ਲਓ ਇੱਕ ਚਲੋ ਮੇਰੇ ਕੂਲਰ ਤੇ ਚੱਲਦਾ ਨਾ ਮੈਂ ਤੁਸੀਂ ਨਾ ਇਸ ਤਰ੍ਹਾਂ ਕਰੋ ਪਾਣੀ ਦੇ ਟੱਪ ਭਰ ਲਿਆ ਕਰੋ ਤੇ ਉਹਨੂੰ ਨਹਾਉਣ ਦਿਓ ਕਰੋ ਸਾਰਾ ਦਿਨ ਤੇ ਉਹ ਪਾਣੀ ਵੈਸੇ ਵੀ ਉਹਦੇ ਜਿਸਮ ਲਾਓ ਨਾ ਔਰ ਹੁੰਦਾ ਪਾ ਇਹਨੂੰ ਸਰਦੀ ਲੱਗਦੀ ਖਾਲੀ ਨਾਲ ਪਾਣੀ ਲੱਗਦਾ ਸੀ ਵੈਸੇ ਹੋਣ ਨਾ ਹੋਣ ਵੱਖਰੀ ਗੱਲ ਆ ਬੇਲ ਕੋਈ ਗੁਜ਼ਾਰਾ ਕਰ ਗਈ ਅੱਛਾ ਟਿੱਬੇ ਤੇ ਇਹਦਾ ਮਤਲਬ ਫਸਲ ਹੋਇਆ ਆਸਤਾ ਆਸਤਾ ਆਉਣ ਲੱਗ ਪਾਣੀ ਗਰਮੀ ਵਾਲੀ ਵੀ ਸਰਦੀਆਂ ਵਾਲੀ ਤਾਂ ਫਸਲ ਵੈਸੇ ਹੋ ਜਾਂਦੀ ਹੈ ਆਹ ਬਾਜਰਾ ਮੈਂ ਵੱਢ ਕੇ ਲੈ ਗਿਆ ਸੀ ਆਹ ਮੋਂਡਾ ਦੁਆਰਾ ਹੋ ਗਿਆ ਇਸ ਜਗ੍ਹਾ 'ਤੇ ਆਹ ਦੇਖੋ ਤੁਸੀਂ ਮੰਨਦੇ ਨਹੀਂ ਸੀ ਮੈਂ ਤੁਹਾਨੂੰ ਕਿਹਾ ਸੀ ਨਾ ਕਪਾਹ ਨੂੰ ਫੁੱਲ ਲੱਗੇ ਹੋਏ ਆ ਦੇਖ ਆਹ ਇੱਧਰ ਆਓ ਨਾ ਅੱਗੇ ਆਓ ਨਾ ਸਾਹਮਣੇ ਆ ਦੇਖੋ ਆਹ ਦੇਖੋ ਤੁਸੀਂ ਐਵੇਂ ਬਸ ਦਿਲ ਸਿੱਟਤਾ ਆਹ ਦੇਖੋ ਕਿੱਡੀ ਸੋਹਣੀ ਆ ਨਹੀਂ ਮੈਂ ਦਿਲ ਕੀ ਤੇ ਸਿੱਟਿਆ ਹੁਣ ਉਧਰੋਂ ਪਾਣੀ ਵੇਲਾ ਹੋਊਗਾ ਤੇ ਫੇਰ ਲਾਉਂਗਾ ਨਾ ਤੁਸੀਂ ਲਾਇਓ ਪਾਣੀ ਬਸ ਚਲੋ ਸਹੀ ਪਹਿਲੀ ਫਸਲ ਆ ਫਿਰ ਵੀ ਤੁਸੀਂ ਇਹ ਤੁਹਾਡੀ ਖੁਸ਼ਕਿਸਮਤੀ ਆ ਬਸ ਇੱਡੀ ਹੋ ਗਈ ਹੈ ਨਾ ਬਾਰਿਸ਼ ਪੈ ਗਈ ਨਾ ਫੇਰ ਜ਼ਬਰਦਸਤ ਹੋ ਜਾਣੀ ਪਾਣੀ ਲਾਇਆ ਸੀ ਅੱਜ ਮੈਂ ਅੱਗੇ ਥੋੜੇ ਜਿਹਾ ਰਹਿ ਗਿਆ ਜਾਣੀ ਕਿ ਪੱਠੇ ਭਰੇ ਆ ਹਾਂਜੀ ਕੱਲ ਵੀ ਗੁਆਂਢੀਆਂ ਨੇ ਚਲਾਇਆ ਸੀ ਬੋਰ ਅੱਜ ਵੀ ਚਲਾਉਣਾ ਸੀਗਾ ਤੇ ਫਿਰ ਉਹਨਾਂ ਦੀ ਫੋਤਕੀ ਹੋ ਗਈ ਕੋਈ ਉਹਨਾਂ ਦੇ ਰਿਸ਼ਤੇਦਾਰਾਂ ਦੀ ਤੇ ਫਿਰ ਉੱਧਰ ਚਲ ਗਏ ਤੇ ਨਹੀਂ ਤਾਂ ਅੱਜ ਵੀ ਉਹਨਾਂ ਨੇ ਚਲਾਉਣਾ ਸੀ ਫਿਰ ਮੈਂ ਕਿਹਾ ਚਲੋ ਮੈਂ ਚਲਾ ਕੇ ਪੱਠੀ ਭਰ ਲਵਾਂ ਹਾਂਜੀ ਹਾਂਜੀ ਕੋਈ ਪੰਜ ਛੇ ਨਹੀਂ ਚਲੇ ਬਾਕੀ ਸਾਰੇ ਚੱਲ ਗਏ ਅਸੀਂ ਇਸ ਬੰਨੇ ਨਾ ਉਹ ਖਗਲਾਂ ਦੀਆਂ ਕਲਮਾਂ ਲਾ ਦੇਣੀਆਂ ਨਾ ਤੇ ਫਿਰ ਉਹ ਨਹਾੜ ਆੜ ਘੱਟ ਪੈਂਦੀ ਹੈ ਖਾਲਾ ਪੱਕ ਜਾਊਗਾ ਉਸ ਤੋਂ ਬਾਅਦ ਫਿਰ ਪਟਾ ਲਾਂਗੇ ਤੇ ਖਗਲ ਨਾਲ ਫਸਲ ਘੱਟ ਹੁੰਦੀ ਹੈ ਨਾ ਉਹ ਸਿਰਫ ਅਸੀਂ ਤਾਂ ਕਰਕੇ ਲਾਉਣੇ ਆ ਖਾਲਾ ਪੱਕ ਜਾਊਗਾ ਇੱਦਾਂ ਰੇਤਾ ਹੈ ਨਾ ਇਹ ਖੁਰ ਜਾਂਦੇ ਵੱਢ ਬਹੁਤ ਹੁੰਦੀ ਕਾਫੀ ਖੁਰ ਜਾਂਦੇ ਬੰਨੇ ਇਸ ਤਰ੍ਹਾਂ ਚਲੋ ਦੇਖ ਲਓ ਅੱਜ ਤੁਹਾਨੂੰ ਸ਼ਾਮ ਦੇ ਟਾਈਮ ਕੰਮ ਕੋਈ ਨਹੀਂ ਸੀ ਨਾ ਖਗਲਾਂ ਦਾ ਮੌਸਮ ਹੁੰਦਾ ਹੀ ਜਿੱਥੇ ਪਾਣੀ ਲੱਗਣਾ ਉੱਥੇ ਮੌਸਮ ਹੀ ਹੁੰਦਾ ਜਦੋਂ ਮਰਜ਼ੀ ਲਾ ਲਓ ਮੈਂ ਕਹਿੰਦਾ ਮਹੀਨਾ ਗਰਮੀ ਦਾ ਲੰਘ ਜਾਵੇ ਨਾ ਅਸਲ ਜਿਸ ਟਾਈਮ ਚਣੇ ਬੀਜੀ ਦੇ ਨਾ ਕਾਫੀ ਲੋਕ ਉਸ ਟਾਈਮ ਨੂੰ ਆਉਂਦੇ ਆ ਉਹ ਜ਼ਿਆਦਾ ਜ਼ਬਰਦਸਤ ਰਹਿੰਦੇ ਹੁਣ ਬਾਰਿਸ਼ ਹੀ ਕੋਈ ਨਹੀਂ ਆਉਣ ਡਈ ਤਾਂ ਇਹ ਖਾਲ ਸਿੱਟਦਾ ਨਾ ਮੈਂ ਜਿਸ ਟਾਈਮ ਜੇ ਤੇਜ਼ ਪਾਣੀ ਹੋਵੇ ਨਾ ਫਿਰ ਆ ਜਾਂਦਾ ਹੂੰ
चलो कोई नहीं, छां बन जाऊगी। हाँ जी नहीं ये कटूंगा किसी चीज़ ना लिया के। अच्छा? आरी ना कटूंगा, वैसे ना जड़ा भी हिल जानी है, वैसे भी खराब हो जाने, तो आरी ना कट दूंगा इस जगह। तो असल जो मैं क्यारे छड़िया सी ना, मैं कहते एंड छड़ दूंगा उ करके फिर ईटा ट्राली आ गई। हाँ फिर ईटा ट्राली आ गई तो फिर झट उधर लग गया, तो वो काफ़ी टाइम लग गया फिर उस साइड से। तो मैं क्या हूँ चलो सुबह जब परसों टाइम लगा तो फिर भर देंगे, उस तो बाद कपाह भरनी। हाँ जी एक ट्राली आई, एक सुबह वो कहना मैं लैके आऊँगा। हाँ जी सारे चल गए। अच्छा जी, अच्छा जी पानी नहीं लाना बस करना। चलो ठीक है।